ਚੀਮਾ ਸਾਹਿਬ ਵੀ ਆ ਗਿਆ ਪੀਸੀ ਕਰਨ ਇਸ ਤੋਂ ਪਹਿਲਾਂ ਰਾਜਪਾਲ ਸਾਹਿਬ ਸੀਗੇ ਜੀ ਕਹਿੰਨੇ ਕਿ ਉਹ ਵੀ ਮਤਲਬ ਖਾਸਾ ਉਹਨਾਂ ਨੇ ਵੀ ਮੈਚ ਜਮਾਇਆ ਚੰਗਾ ਤੇ ਉਸ ਤੋਂ ਬਾਅਦ ਨਾਲ ਦੀ ਨੇ ਫਿਰ ਚੀਮਾ ਸਾਹਿਬ ਆ ਗਏ ਪਿਛੇ ਤੇ ਉਹ ਵੀ ਬੈਟਿੰਗ ਕਰਕੇ ਗਏ ਆ ਵੇਖੋ ਰਾਜਪਾਲ ਸਾਹਿਬ ਜਦੋਂ ਵੀ ਆਉਂਦੇ ਨੇ ਜੀ ਉਹਨਾਂ ਨੂੰ ਜਾਣ ਦੀ ਕਾਲੀ ਹੁੰਦੀ ਨਹੀਂ ਉਹ ਜਾਣਾ ਭੁੱਲ ਹੀ ਜਾਂਦੇ ਆ ਕਈ ਧੁੰਦੇ ਨਾ ਮਤਲਬ ਕਿ ਉਹ ਇਦਾਂ ਦੇ ਮੁਲਾਕਾਤ ਜੀ ਕਿ ਹੁਣੇ-ਹੁਣੇ ਆਏ ਹੁਣੇ ਜਾਣ ਦੀਆਂ ਗੱਲਾਂ ਨੇ ਤੇ ਸਾਡਾ ਦਿਲ ਤੜਫਾਣ ਦੀਆਂ ਗੱਲਾਂ ਨੇ ਜੀ ਮਤਲਬ ਕਿ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਪ੍ਰਸ਼ਾਸਕ ਕੁਝ ਨੇਤਾ ਬੜਾ ਖੁੱਲ ਕੇ ਬੋਲਦੇ ਆ ਜਿਦਾਂ ਬੋਦੀ ਸਾਹਿਬ ਮਾਨ ਸਾਹਿਬ ਜੀ ਤੇ ਹੁਣ ਬਰੋਬਰ ਹੀ ਨਾਲ ਸਾਨੂੰ ਰਾਜਪਾਲ ਵੀ ਉਤਰਾਂ ਦਾ ਮਿਲਿਆ ਪ੍ਰਧਾਨ ਮੰਤਰੀ ਸਾਡੇ ਕੋਲ ਸੀਗਾ ਖੁੱਲਾ ਖੇਡਣ ਵਾਲਾ ਮੁੱਖ ਮੰਤਰੀ ਮਿਲ ਗਿਆ ਖੁਸ਼ਕਿਸਮਤੀ ਸੋਨੇ ਤੇ ਸੁਹਾਗਾ ਹੋ ਗਿਆ ਤੇ ਸੋਨੇ ਤੇ ਸੁਹਾਗਾ ਛੱਡੋ ਹੁਣ ਮੇਰੇ ਖਲ ਦੇ ਨਾਲ ਸੋਨੇ ਤੇ ਕਰਾਇਆ ਹੀ ਚੜ ਗਿਆ ਕਿ ਉਤੋਂ ਰਾਜਪਾਲ ਵੀ ਸਾਨੂੰ ਇਦਾਂ ਦੇ ਮਿਲਦੇ ਜਿਸ ਵਗਾ ਮਾਰ ਕੇ ਦੇ ਤਾਂ ਵਿਜਦੀ ਆ ਕੇ ਕਰਾ ਮਾਰ ਜਾਂਦੇ ਆਪਦਾ ਬੱਲੇ ਬੱਲੇ ਹੋ ਗਈ ਆ ਉਹ ਵੀ ਜਦੋਂ ਆਉਂਦੇ ਨੇ ਜੇਰ ਮੱਕੂ ਮੀਤਰੇ ਆਉਂਦੇ ਨੇ ਉਹ ਵੀ ਕਿਸੇ ਗੱਲ ਤੇ ਉਹ ਆਪਣਾ ਪ੍ਰਤੀਕਰਮ ਟਾਲਦੇ ਨਹੀਂ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਥੋੜੀ ਟਸਲ ਹਾਲੇ ਨਜ਼ਰ ਆ ਰਹੀ ਆ ਜਿਸ ਤਰ੍ਹਾਂ ਦਾ ਮਾਹੌਲ ਅੱਜ ਉਹਨਾਂ ਨੇ ਪੀਸੀ ਦੇ ਵਿੱਚ ਬਣਾਇਆ ਹੈ ਨਾ ਇਹ ਕਹਿ ਕੇ ਕਿ ਦੇਖੋ ਸੁਪਰੀਮ ਕੋਰਟ ਦੇ ਵਿੱਚ ਇਹ ਗਾ ਠੀਕ ਆ ਇਹ ਤਾਂ ਦਰੁਸਤ ਇਹਨਾਂ ਨੇ ਦੱਸ ਦਿੱਤਾ ਪਹਿਲਾਂ ਤੇ ਇਹ ਦੱਸੋ ਕਿ ਮਾਈ ਗਵਰਨਮੈਂਟ ਮੈਂ ਕਹਿਣ ਤੋਂ ਕਿੱਥੇ ਇਨਕਾਰ ਕੀਤਾ ਸੀ ਰਿਕਾਰਡ ਚੋਂ ਲਿਆਓ ਲੱਭ ਕੇ ਜੀ ਫਿਰ ਦੂਜੀ ਚੀਜ਼ ਉਹ ਕਹਿੰਦੇ ਕਿ ਭਾਈ ਮੈਂ ਵੀ ਜੋੜੀ ਜਾਣਾ ਚਿੱਠੀਆਂ ਕਿਉਂਕਿ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਕਿ ਤੁਹਾਨੂੰ ਜਾਣਕਾਰੀ ਦੇਣੀ ਪਵੇਗੀ ਜੀ ਰਾਜਪਾਲ ਸਾਹਿਬ ਨੂੰ ਜਾਣਕਾਰੀ ਦੇਣੀ ਜਿਹੜੀ ਹੈ ਨਾ ਉਹ ਜ਼ਰੂਰੀ ਆ ਕਿਉਂਕਿ ਤੁਸੀਂ ਉਸ ਦੇ ਵਾਸਤੇ ਪਾਬੰਦ ਹੋ ਜੀ ਤੂੰ ਕਹਿੰਦੇ ਆ ਕਿ ਜਿਸ ਚੀਜ਼ ਵਾਸਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਸੀਗੀ ਭਾਈ ਹੁਣ ਜੀ ਤੇ ਮੈਂ ਉਹ ਜੋੜੀ ਜਾਂਦਾ ਤਾਂ ਭਾਈ ਅਸੀਂ ਜਾਂਦੇ ਜਾਵਾਂਗੇ ਸੁਪਰੀਮ ਕੋਰਟ ਤੇ ਜਾਂ ਫਿਰ ਰਾਸ਼ਟਰਪਤੀ ਉੱਤੇ ਬਿਠਾ ਇਹਦਾ ਮਤਲਬ ਇਹ ਆ ਕਿ ਬਨਵਾਰੀ ਲਾਲ ਪ੍ਰੋਹੋਤ ਜੀ ਜਿਹੜੇ ਆ ਉਹ ਬਹੁਤ ਕੁਝ ਸੋਚ ਕੇ ਬੈਠੇ ਆ ਮਤਲਬ ਇਹ ਕਹਿਨ ਕਿ ਹਾਂ ਜੀ ਹਜਿਉਂ ਰਾਜ ਪਲ ਠੰਡਾ ਜਾ ਹੋ ਗਿਆ ਬਸ ਠੀਕ ਠਾਕ ਗਿਆ ਤਾਂ ਜਿਸ ਤਰ੍ਹਾਂ ਦਾ ਇਹ ਪ੍ਰਤੀਕਰਮ ਆਇਆ ਕਾਫੀ ਵੱਡਾ ਵਜ਼ਨਦਾਰ ਪ੍ਰਤੀਕਰਮ ਕਿਉਂਕਿ ਦੇਖੋ ਕੋਈ ਨੇਤਾ ਨਹੀਂ ਨਾ ਬੋਲ ਰਿਹਾ ਜੀ ਆਪਾਂ ਕਿਸੇ ਨੇਤਾ ਦੀ ਸਟੇਟਮੈਂਟ ਨੂੰ ਉਸ ਲਿਹਾਜ਼ ਨਾਲ ਲੈ ਸਕਦੇ ਹਾਂ ਕਿ ਗਾਂਹ ਜਾ ਕੇ ਕੁਝ ਵੀ ਹੋ ਸਕਦਾ ਹੈ ਜੀ ਇੱਕ ਗਵਰਨਰ ਬੋਲ ਰਿਹਾ ਜੀ ਤੇ ਇਹ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਜੋ ਇਹਨਾਂ ਦੇ ਦੋ ਤਾਕਤ ਦੇ ਧੁਰੇ ਆ ਇਹਨਾਂ ਦੇ ਦਰਮਿਆਨ ਜਿਹੜੀ ਇਹ ਖਿੱਚ ਤਾਣ ਚੱਲਣ ਈ ਆ ਉਹ ਹਾਲ ਦੀ ਘੜੀ ਰੁਕਦੀ ਜਾਂ ਘਟ ਹੁੰਦੀ ਨਜ਼ਰ ਨਹੀਂ ਆਉਂਦੀ ਮਹਾਂ ਸਾਹਿਬ ਜੀ ਤਾਂ ਜੀਵਾ ਸਾਹਿਬ ਵੀ ਆ ਗਏ ਸੀ ਚੀਮਾ ਸਾਹਿਬ ਦੀ ਪੀਸੀ ਤੇ ਬਿਲਕੁਲ ਤੁਸੀਂ درست ਫਰਮਾਇਆ ਕਿ ਹਲੇ ਚੱਲ ਰਹੀ ਸੀਗੀ ਜਦੋਂ ਅਸੀਂ ਆਏ ਹੁਣ ਉਹਨਾਂ ਨੇ ਕੀ ਕਿਹਾ ਮੇਰੇ ਖਿਆਲ ਨਾਲ ਉਹ ਕਹਿ ਰਹੇ ਸੀਗੇ ਕਿ ਦੇਖੋ ਜੀ ਇਹਨਾਂ ਨੂੰ ਵੀ ਆਪਦੇ ਦਾਇਰੇ ਚ ਰਹਿਣ ਦੀ ਜ਼ਰੂਰਤ ਹੈ ਇਹਨਾਂ ਨੂੰ ਇਹ ਪਤਾ ਕਰ ਲੈਣਾ ਚਾਹੀਦਾ ਕਿ ਸਰਕਾਰ ਦਾ ਦਾਇਰਾ ਕਿ ਬਿਲਕੁਲ ਦੋਨਾਂ ਦੇ ਦਾਇਰੇ ਨੇ ਪਰ ਤੁਹਾਡਾ ਕੀ ਹੈ ਕਿ ਦੋਵੇਂ ਦਾਇਰੇ ਚੋਂ ਵੱਧ ਕੇ ਇੱਕ ਦੂਜੇ ਨੂੰ ਨਾ ਟੱਚ ਕਰਨ ਦਾ ਯਤਨ ਕਰਦੇ ਜਿਵੇਂ ਨੈਸ਼ਨਲ ਸਟਾਈਲ ਕਬੱਡੀ ਜੀ ਉਹ ਹੁੰਦਾ ਨਾ ਟੱਚ ਕਰਦੇ ਉਹ ਕਹਿੰਦਾ ਮੈਂ ਦੇੜ ਦੂੰ ਉਹ ਕਹਿੰਦਾ ਮੈਂ ਦੇੜ ਦੂੰ ਬਸ ਆ ਹੀ ਰੋਣਾ ਹੈ ਜੀ 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 ਬਿਲਕੁਲ ਬਿਲਕੁਲ ਜੀ ਤੇ ਇਧਰੋ ਜਰਾ ਮੈਂ ਇੱਕ ਅਦਾ ਕਮੈਂਟ ਵੀ ਐਡ ਆਨ ਕਰ ਲਵਾਂ ਨਾ ਬਲਵਿੰਦਰ ਜੀ ਕਹਰੇ ਮਿੰਟੂ ਜੀ ਇੱਕ ਦੋ ਨੇ ਵੀ ਹੋਰ ਵੀ ਉੱਪਰ ਕਮੈਂਟ ਕੀਤਾ ਸੀ ਕਹਿੰਦੇ ਕਿ ਆਰਟੀਆ ਵਾਲੀ ਤੁਸੀਂ ਕੋਈ ਵੀਡੀਓ ਪਾਈ ਸੀ ਜੀ ਉਹਦੇ ਬਾਰੇ ਵੀ ਜਰਾ ਦੱਸਿਓ ਕਿਉਂਕਿ ਬਹੁਤੇ ਲੋਕਾਂ ਨੂੰ ਮਸਲੇ ਬਾਰੇ ਜਾਣਕਾਰੀ ਨਹੀਂ ਹੋਣੀ ਕੀ ਹੈ ਜੀ ਉਹ ਮਸਲਾ ਅੱਛਾ ਉਹ ਸੀਗੀ ਮਤਲਬ ਕਿ ਜੋ ਇਹਨਾਂ ਦਾ ਲੋਕ ਸੰਪਰਕ ਵਿਭਾਗ ਹੈ ਜੀ ਮਨਸਬ ਉਹ ਤਾਂ ਉਹਨਾਂ ਨੇ ਉਡਾਈ ਦਿੱਤਾ ਉੱਥੋਂ ਪੋਰਟਲ 'ਚ ਸੱਚ ਤੁਸੀਂ ਵਧੀਆ ਐਕਟੀਵਿਸਟ ਹੋ ਜੀ ਠੀਕ ਹੈ ਉਹ ਤਾਂ ਵਾਰੀ ਕੱਟਦਾ ਹੁਣ ਹਾਂਜੀ ਉਹ ਕਹਿੰਦੇ ਕਿ ਤੁਸੀਂ ਇੱਥੋਂ ਮਸ਼ਹੂਰੀਆਂ ਦੀ ਜਾਣਕਾਰੀ ਲੈਂਦੇ ਜੀ ਜੀ ਉਹ ਲੱਭਿਆ ਮੈਂ ਢੋਲਿਆ ਉਹ ਕਹਿੰਦੇ ਬੱਸ ਪੁਰਾਣੀ ਆਰਟੀਆਈ ਮੈਨੂੰ ਲੱਭ ਗਈ ਸਰ ਉਹਦੇ ਮੈਨੂੰ ਭੇਖਾ ਪੈ ਗਿਆ ਮੈਂ ਜਰੂਰ ਵਿੱਚ ਇਨਫਰਮੇਸ਼ਨ ਲਿਖਿਆ ਨਾ ਉਹ ਅੱਗੇ ਕਮਿਸ਼ਨ ਆ ਅੱਛਾ ਜੀ ਪੰਜਾਬ ਸਟੇਟ ਇਨਫਰਮੇਸ਼ਨ ਕਮਿਸ਼ਨ ਮੈਂ ਕਹਿਆ ਯਾਰ ਅਭੀ ਨਹੀਂ ਯਾਰ ਮੈਂ ਕਹਿਆ ਫਿਰ ਮੈਂ ਪੁਰਾਣੀਆਂ ਆਟੀਆਂ ਲੱਭਾਂ ਤੁਹਾਡੇ ਨੂੰ ਹਾਂਜੀ ਹਾਂਜੀ ਪੁਰਾਣੀਆਂ ਮੈਂ ਕਹਿਆ ਦੇਖੀ ਤਾਂ ਸੀ ਪਰ ਉਹਦੇ ਵਿੱਚ ਉਹ ਜੋ ਅਥਾਰਟੀ ਆ ਪੋਰਟਲ 'ਚ ਉਹ ਲੱਭਦੀ ਹੋਈ ਨਹੀਂ ਹੁਣੇ ਨਹੀਂ ਪਤਾ ਭਾਈ ਯਕੀਨੀ ਸਲਾਹ ਦਿੱਤੀ ਹੈ ਯਕੀਨੀ ਨਹੀਂ ਦਿੱਤੀ ਹੈ ਜਾਂ ਜੀ ਹੋ ਸਕਦਾ ਕਿਤੇ ਉਹ ਦੀ ਮਰਮਤ ਮਰਮਤ ਤੇ ਨਹੀਂ ਕਰਦੇ ਪਏ ਕਿ ਇਹਨੂੰ ਦੁਬਾਰਾ ਲਿਆਵਾਂਗੇ ਨਹੀਂ ਪਤਾ ਨਹੀਂ ਹੈ ਜੀ ਮੈਂ ਇੱਕ ਹੋਰ ਵੀ ਸ਼ਿਕਾਇਤ ਕੀਤੀ ਸੀਗੀ ਇੱਕ ਫਰੀਦਕੋਟ ਦੇ ਡੀਸੀ ਜਿਹੜੇ ਉਹ ਵੀ ਉਹਦੇ ਵਿੱਚ ਨਹੀਂ ਹੋ ਰਹੀ ਸੀਗੀ ਅੱਛਾ ਜੀ ਉਹਦੀ ਵੀ ਕੰਪਲੇਂਟ ਤੇ ਹਾਂ ਜੀ ਕੰਪਲੇਂਟ ਪੋਰਟਲ ਤੇ ਕੀਤੀ ਮੈਂ ਕਿਹਾ ਵੀ ਜੀ ਇਹ ਹੈ ਨਹੀਂਗੇ ਉਹ ਕਹਿੰਦੇ ਤੁਸੀਂ ਉੱਚ ਅਧਿਕਾਰੀਆਂ ਨੂੰ ਪਾ ਦਿਓ ਹੋਰ ਮੈਂ ਕਿਹਾ ਵੀ ਹੋਰ ਦੱਸੋ ਹਣ ਕਿਹਨੂੰ ਪਾਦਗੇ ਦੱਸ ਦਿਓ ਲੱਭ ਕੇ ਦੱਸ ਦਿਓ ਜਿਹੜਾ ਪੀਆਈਓ ਵਿੱਚ ਹੈਗਾ ਅਮਰੀਕਨ ਪ੍ਰੈਜ਼ੀਡੈਂਟ ਨੂੰ ਪਾ ਦੀ ਐਸੀ ਦੱਸੋ ਤੁਸੀਂ ਤੁਸੀਂ ਉਹਨੂੰ ਸ਼ਾਮਲ ਕਰੋ ਕਿ ਵਿਚਾਰੇ ਨੂੰ ਤੁਸੀਂ ਫਰੀਦਕੋਟ ਜ਼ਿਲ੍ਹੇ ਨੂੰ ਆਪਦੇ ਵਿੱਚ ਨਹੀਂ ਜੇ ਸ਼ਾਮਲ ਸਮਝਦੇ ਜੀ ਦੱਸੋ ਕਮਾਲ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਪਰ ਇਹ ਮੈਂ ਭੁੱਲ ਗਿਆ ਕਿਉਂਕਿ ਚੇਤੇ ਲੇਟ ਆਈ ਇਹ ਵੀ ਅੱਜ ਪਾ ਦੀ ਮੈਂ ਕਿਹਾ ਸ਼ਿਕਾਇਤ ਲਿਖ ਕੇ ਬਾਈ ਲਿਆਓ ਵਾਪਸ ਡੀਪੀਆਰ ਨੂੰ ਮੋੜ ਕੇ ਸਾਡੀ ਹਾਂਜੀ ਹਾਂਜੀ ਬਿਲਕੁਲ ਇਹ ਤਾਂ ਹੁਣ ਬੜੀ ਕਹਿ ਲਊ ਕਿ ਦੋ ਚਿੱਤੀ ਜੀ ਵਾਲੀ ਕਹਾਣੀ ਹੈ ਕਿ ਪਤਾ ਨਹੀਂ ਹੋ ਕੀ ਰਿਹਾ ਜੀ ਕਿ ਇੱਕ ਪਾਸੇ ਤੁਸੀਂ ਉਥੇ ਦਿੱਲੀ ਚ ਲੋਕਤੰਤਰ ਦੀ ਦੋਹਾਈ ਦਿੱਤੀ ਆ ਤੇ ਬਹੁਤ ਮਤਲਬ ਕਿ ਤਾਬੜ ਤੋੜ ਤੁਹਾਡੇ ਸ਼ਾਬਦਿਕ ਹਮਲੇ ਸੀਗੇ ਜੀ ਨਰਿੰਦਰ ਮੋਦੀ ਉਰਾਂ ਤੇ ਕਿ ਭਾਈ ਇਹ ਤੇ ਲੋਕਤੰਤਰ ਨੂੰ ਖਤਮ ਕਰ ਦੇਣਗੇ ਜੀ ਇਹ ਤਾਂ ਭਾਈ ਜੀ ਜਿੱਤ ਕੇ ਦੁਬਾਰਾ ਆ ਗਿਆ ਤੇ ਬਿਲਕੁਲ ਉਹ ਮਾਨ ਸਾਹਿਬ ਤੇ ਕਹਿੰਦੇ ਕਿ ਨਰਿੰਦਰ ਪੁਤਿਨ ਬਣ ਜਾਏਗਾ ਜੀ ਤਾਂ ਦੂਸਰੇ ਪਾਸੇ ਤੁਸੀਂ ਕੌਣ ਹੋ ਤੁਹਾਨੂੰ ਕੀ ਕਹੀਏ ਤੁਸੀਂ ਕਿਹੜੇ ਪੂਤਨ ਬਣ ਗਏ ਹੋ ਜੀ ਆਰਟੀਆਈ ਵਾਸਤੇ ਕੇਜਰੀਵਾਲ ਸਾਹਿਬ ਨੇ ਬੜਾ ਜ਼ਬਰਦਸਤ ਕੰਮ ਕੀਤਾ ਹੋਇਆ ਜੀ ਪਰ ਅੱਜ ਉਸੇ ਆਰਟੀਆਈ ਤੋਂ ਕਿਦਾਂ ਭੱਜ ਰਹੇ ਨੇ ਨਸਰੈਲ ਮੇਰੇ ਖਿਆਲ ਦੇ ਨਾਲ ਜੇ ਡਾਟਾ ਚੈੱਕ ਕਰੋਗੇ ਤਾਂ ਹਾਲ ਟਾਈਮ ਹਾਈਐਸਟ ਮਿਲੇਗਾ ਤੁਹਾਨੂੰ ਅਪੀਲਾਂ ਵਾਲਾ ਡਾਟਾ ਜੀ ਇੰਨੀਆਂ ਪੈਂਡਿੰਗ ਪਈਆਂ ਨੇ ਕਿ ਕੋਈ ਜਾਣਕਾਰੀ ਜਾ ਨਹੀਂ ਰਹੀ ਜੀ ਸੋ ਇਸ ਕਰਕੇ ਜੋ ਲੋਕਾਂ ਦਾ ਹੱਕ ਬਣਦਾ ਉਹ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਬਿਲਕੁਲ ਦੇਣਾ ਚਾਹੀਦਾ ਨਾਲ ਹੀ ਪੁੱਛ ਰਹੇ ਸੀ ਲਿਖਤੀ ਸ਼ਿਕਾਇਤ ਵੀ ਕਰ ਸਕਦੇ ਹੋ ਕਿ ਨਹੀਂ ਜੀ ਲਿਖਤੀ ਸ਼ਿਕਾਇਤ ਵੀ ਕਰ ਸਕਦੇ ਆ ਬਈ ਤੇ ਨਾਲ ਹੀ 1100 ਨੰਬਰ ਆ ਪੋਰਟਲ ਦਾ ਉਹਦੇ ਤੇ ਜਾ ਕੇ ਮੇਰੇ ਖਿਆਲ ਨਾਲ ਗਵਰਨਰਸ ਰਿਫਾਰਮ ਦੀ ਕੰਪਲੀਟ ਉਹਦੇ ਤੇ ਵੀ ਹੋ ਸਕਦੀ ਹੈ ਮਿੰਟੂ ਜੀ ਹੋ ਸਕਦੀ ਹੈ ਜੀ ਹਾਂਜੀ ਪਰ ਇਹ ਨਾ ਹੋਵੇ ਕਿਤੇ ਬਈ ਸਾਡੇ ਵਾਰ ਚ ਰੂੜੀ ਲਾਤੀ ਆ ਇਦਾਂ ਨਹੀਂ ਤਾਂ ਨਾ ਹੀ ਕਰਿਓ ਘਟੋ ਘਟ ਕੇ ਰਿਫਾਰਮ ਤੇ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਬਿਲਕੁਲ ਹਾਂ ਪ੍ਰਸ਼ਾਸਕੀ ਤੌਰ ਤੇ ਕਿ ਆ ਜਿੰਨੀਆਂ ਚੀਜ਼ਾਂ ਇਹਦੀ ਸ਼ਿਕਾਇਤ ਤਾਂ ਕੀਤੀ ਜਾਣੀ ਚਾਹੀਦੀ ਹੈ ਕਿ ਬਈ ਜਿੱਥੋਂ ਜਾਣਕਾਰੀ ਮਿਲਦੀ ਸੀਗੀ ਅੱਗੇ ਕਿ ਤੁਹਾਡਾ ਐਡ ਦਾ ਪੈਸਾ ਜ਼ਿਆਦਾ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਤਾਂ ਤੁਸੀਂ ਉਹ ਚੱਕ ਕੇ ਹੁਣ ਬੰਦ ਕਰ ਦਿੱਤਾ ਕਿਉਂਕਿ ਤੁਹਾਡੀਆਂ ਮਸ਼ਹੂਰੀਆਂ ਦੇ ਖਰਚੇ ਜਿਹੜੇ ਆ ਨਾ ਉਹ ਬਹੁਤ ਮਸ਼ਹੂਰ ਹੋ ਗਏ ਜੀ ਜੀ ਤੁਸੀਂ ਮਸ਼ਹੂਰ ਬੜੇ ਹੋ ਗਏ ਸੀ ਬਦਨਾਮ ਬੜੇ ਹੋ ਗਏ ਕਈ ਵਾਰ ਜ਼ਿਆਦਾ ਮਸ਼ਹੂਰ ਹੋਇਆ ਬੰਦਾ ਫਿਰ ਬਦਨਾਮੀ 'ਚ ਬਦਲ ਜਾਂਦਾ ਜੀ ਜੀ ਬਿਲਕੁਲ ਬਿਲਕੁਲ ਇਧਰੋਂ ਚਿਤਰ ਗੁਪਤ ਛਾਬੜਾ ਜੀ ਕਰਿਆ ਜੀ ਮਲੋਟ ਮੁਕਸਰ ਰੋਡ ਦਾ ਕੀ ਰੋਲਾ ਜੀ ਰੋਲਾ ਕੋਈ ਨਹੀਂ ਮੇਰੇ ਖਿਆਲ ਨਾਲ ਬਾਈ ਅੱਜ ਕਹਿੰਦੇ ਆ ਕਿ ਮੂਰਤ ਕੀਤਾ ਕੰਮ ਦਾ ਬਾਕੀ ਪਤਾ ਨਹੀਂ ਹੈ ਕਹਿੰਦੇ ਦਰਖਤ ਦਰਖਤ ਵੜਨ ਦਾ ਮਹੂਰਤ ਕਰਨਾ ਕਮਾਲ ਹੋ ਗਈ ਹੈ ਮੈਂ ਤਾਂ ਰਾਤੀ ਪੋਸਟਾਂ 'ਪਾਈ ਜਾਂਦੇ ਨੇ ਕਹਿੰਦੇ ਕਿ 5-6000 ਦਰਖਤਾਂ ਜੀ ਕਹਿੰਦੇ ਕਿ ਫਿਰ ਇਹਦਾ ਡਬਲ ਪਹਿਲਾਂ ਲਾ ਕੇ ਦੇਉ ਜਾਂ ਮਤਲਬ ਲੱਗੇ ਹੋਏ ਆਪਣੇ ਤਰੀਕੇ ਨਾਲ ਉਹ ਵੀ ਸ਼ੁਰੂ ਹੋ ਗਿਆ ਕੰਮ ਹੁਣ ਹੁਣ ਇਹ ਨਹੀਂ ਪਤਾ ਕਿ ਵਿਚ ਵਿਚਾਲੇ ਕਿਤੇ ਕੰਮ ਹੋ ਕਿਤੇ ਆਰਾ ਚਲਾਉਂਦੇ ਨੂੰ ਆ ਕੇ ਅਖਣ ਨਹੀਂ ਬਾਈ ਰੋਕ ਲੱਗੀ ਉੱਤੋਂ ਨਹੀਂ ਦੇਖੋ ਜਿਹੜੀਆਂ ਚੀਜ਼ ਹੁੰਦਾ ਇਹ ਨਾ ਕਿ ਜੀ ਐਨਓਸੀ ਮਿਲ ਗਈ ਫਿਰ ਨਹੀਂ ਰੁਕਦੇ ਹੁੰਦੇ ਤੁਸੀਂ ਦੇਖਿਆ ਹੁਣ ਆ ਬਠਿੰਡੇ ਵਾਲੇ ਹਾਈਵੇ ਤੇ ਕਿੰਨੇ ਰੁਕ ਸੀਗੇ ਬਲੂਆਣਾ ਪਿੰਡ ਦੇ ਕੋਲ ਜੀ ਸਭ ੜਕਾ ਕੇ ਉਹਨਾਂ ਨੇ ਪਰਾਂ ਮਾਰੇ ਤਿੰਨ ਅਜ ਤੋ ਇਹ ਆ ਕਿ ਜਦੋਂ ਸਰਕਾਰਾਂ ਨੇ ਇਹਨੂੰ ਸਿੱਧੇ ਦਿੱਤੀ ਤੇ ਫਿਰ ਫਿਰ ਤਾਂ ਮੁਸ਼ਕਲ ਆ ਜੀ ਪਰ ਕਮਾਲ ਦੀ ਗੱਲ ਹੈ ਕਿ ਵੇਖੋ ਕ੍ਰੈਡਿਟ ਲੈਂਡ ਦੀ ਜਿਹੜੀ ਦੌੜ ਹੁੰਦੀ ਆ ਜੀ ਕਿ ਉਹ ਮੰਤਰੀ ਸਾਹਿਬਾ ਉਹ ਕਹਿੰਦੇ ਕਹਿੰਦੇ ਜੀ ਰਜੇਮਿਆਂ ਚੋਂ ਟਾਈਮ ਕੱਢ ਕੇ ਰੁੱਖਾਂ ਦੀ ਵੜਾਈ ਸ਼ੁਰੂ ਕਰਵਾਉਣ ਵਾਸਤੇ ਆਏ ਨੇ ਇਹ ਉਦਗਾਟਣ ਹੋ ਰਿਹਾ ਜੀ ਸੜਕ ਬਣਦੀ ਇਦਾਂ ਹੀ ਨਾ ਡਬਵਲੀ ਤੋਂ ਜਿਹੜੀ ਬਠਿੰਡੇ ਵਾਲੀ ਰੋਡ ਆ ਉਹਦੇ ਉੱਤੇ ਬੜੇ ਪੁਰਾਣੇ ਦਰਖਤ ਲੱਗੇ ਸੀ ਮਿੰਟੂ ਜੀ ਉਹੀ ਮੈਂ ਇੱਕ ਦਿਨ ਮੈਂ ਪਿੱਛੇ ਨਿਕਲ ਕੇ ਗਿਆ ਤੁਸੀਂ ਇਹ ਸਗੋ ਇਹ ਕੰਮ ਕਰਨ ਦੀ ਜ਼ਰੂਰਤ ਹੈ ਮਾਨ ਸਾਹਿਬ ਮਾਫ ਕਰਨਾ ਮੈਂ ਤੁਹਾਨੂੰ ਟੋਕ ਦਿੱਤਾ ਤੁਸੀਂ ਫਿਰ ਉਸ ਗੱਲ ਤੇ ਆ ਜਾਣਾ ਕਿ ਮੰਤਰੀ ਸਾਹਿਬਾਂ ਨੂੰ ਤਾਂ ਅਪੀਲ ਕਰਨੀ ਚਾਹੀਦੀ ਹੈ ਕਿ ਵੀ ਐਸਾ ਕਾਨੂੰਨ ਆਉਣਾ ਚਾਹੀਦਾ ਹੈ ਜਿਹੜਾ ਵੀ ਹਾਈਵੇ ਜਾਂ ਜਿਹੜੀ ਵੀ ਇਸ ਤਰ੍ਹਾਂ ਸੜਕ ਚੌੜੀ ਕਰਨੀ ਹੈ ਤਾਂ ਉਸ ਤੋਂ ਪਹਿਲਾਂ ਦਰਖਤ ਤਿਆਰ ਹੋ ਜਾਣ ਜਾਨੀ ਸਾਡਾ ਜਿਹੜਾ এনवायरमेंट ਹੈ ਉਸ ਨੂੰ ਨੁਕਸਾਨ ਨਾ ਪਹੁੰਚੇ ਕੋਈ ਵੀ ਕੰਪਨੀ ਨੂੰ ਕੋ ਪਹਿਲਾਂ ਬਈ ਤਿਆਰੀ ਕਰ ਲੈ ਸਾਲ ਡੇਢ ਸਾਲ ਦਾ ਪੌਦਾ ਤੇਰਾ ਹੋਣਾ ਚਾਹੀਦਾ ਪਟਕਿਓ ਲਾ ਦਿੰਦੇ ਆ ਛੋਟੇ ਛੋਟੇ ਬੱਚੇ ਜੇ ਹੁੰਦੇ ਆ ਉਹ ਐ ਬਸ ਮਤਲਬ ਕਿ ਟਾਣੀ ਜੀ ਤਾਣੂ ਧੁੱਲੀ ਜਾਂਦੀ ਹੋਰ ਕੀ ਆ ਇਹ ਇੱਥੇ ਤੇ ਰੁੱਖ ਬੜੇ ਸ਼ਾਨਦਾਰ ਰੁੱਖ ਹੁੰਦੇ ਨੇ ਪੁਰਾਣੇ ਰਾਹਾਂ ਤੇ ਤੁਹਾਨੂੰ ਪਤਾ ਹੀ ਆ ਪੁਰਾਣੀਆਂ ਸੜਕਾਂ ਤੇ ਸਫੈਦਾ ਹੈ ਜੀ ਟਾਲੀ ਹੈ ਜੀ ਫਲਾਨਾ ਕਈ ਥਾਈ ਮੈਂ ਵੇਖਿਆ ਜਾਮਣ ਬੜੇ ਸੀਗੇ ਨਿੰਮਾ ਬਹੁਤ ਸੀਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਾਂ ਉਹ ਸਭ ਪਟਪਟਾ ਕੇ ਪਰੇ ਮਾਰਦੇ ਆ ਉਹ ਛੋਟੇ ਛੋਟੇ ਜੇ ਰੁੱਖ ਲਾ ਦਿੰਦੇ ਬੌਣੇ ਬੌਣੇ ਜੇ ਨਾ ਕੁਝ ਉਹਨਾਂ ਦਾ ਬਣਦਾ ਕਰਦਾ ਹੈ ਜੀ ਤੋਂ ਤਿਆਰ ਹੁੰਦੇ ਆ ਵੀ ਕਈ ਸਾਲ ਲੱਗ ਜਾਂਦੇ ਨੇ ਤਾਂ ਮੰਤਰੀ ਸਾਹਿਬਾਂ ਨੂੰ ਤੇ ਇਹ ਕਹਿਣਾ ਚਾਹੀਦਾ ਕਿ ਭਾਈ ਇਹ ਸਾਡਾ ਨੁਕਸਾਨ ਹੁੰਦਾ ਸੋ ਜੀ 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 ਜ਼ਰੂਰ ਤੁਸੀਂ ਉਹ ਗੱਲ ਦੱਸੋ ਡਬਲ ਰੋਡ ਵਾਲੀ ਹਾਂਜੀ ਤਾਂ ਉਹ ਉਹਦੇ ਤੇ ਮਿੰਟੂ ਜੀ ਕਿ ਪੁਰਾਣੇ ਦਰਖਤ ਕਾਫੀ ਸੀਗੇ ਜਿੱਦਾਂ ਕਿ ਬੋਹੜ ਪੀਪਲ ਜਾਂ ਹੋਰ ਦਰਖਤ ਬਹੁਤ سارے ਸੀਗੇ ਉਹ ਵੀ ਸ਼ਾਂਗੀ ਜਾਂਦੇ ਕਿਉਂਕਿ ਉਹ ਰੋਡ ਦਾ ਕੰਮ ਆਖਣੇ ਕਿ ਭਈ ਹੋਣੀ ਚੌੜੀ ਹੋਣੀ ਹੈਗੀ ਹਾਂਜੀ ਉਹ ਡਬਲ ਵਾਲੀ ਰੋਡ ਤੇ ਹਾਂ ਪੀਪਲ ਪੂਪਲ ਬਹੁਤ ਸੀਗੇ ਹਾਂਜੀ ਪੁਰਾਣੇ ਜਿੱਦਾਂ ਹੀ ਇਧਰਲੇ ਪਾਸੇ ਸੀ ਬੱਲੂਆਣੇ ਵਾਲੇ ਪਾਸੇ ਤਾਂ ਇਦਾਂ ਹੀ ਇਧਰਲੇ ਪਾਸੇ ਸੀ ਇਦਾਂ ਹੀ ਸੀਗਾ ਉਹ ਦੇਖੋ ਨਾ ਨਹਿਰਾਂ ਦੇ ਪੁਲ ਤੇ ਕਿੰਨੇ ਵੱਡੇ ਰੁੱਖ ਸੀਗੇ ਉੱਥੇ ਹਾਂਜੀ ਮੈਂ ਉੱਥੇ ਲੰਘਦਾ ਹੁੰਦਾ ਸੀਗਾ ਜਦੋਂ ਲੰਬੀ ਪਹੁੰਚ ਲਾਉਂਦਾ ਤੇ ਮੈਂ ਉੱਥੇ ਬੈੰਦਾ ਹੁੰਦਾ ਸੀ ਗਰਮੀ ਵਿੱਚ ਉੱਥੇ ਘੜੇ-ਘੜੇ ਰੱਖੇ ਹੋਣੇ ਜੀ ਤੇ ਇੱਕ ਚਾਹਲਾ ਬੈਠਾ ਹੁੰਦਾ ਸੀ ਤੇ ਕੋਲੋਂ ਪਾਣੀ ਲੰਘਦਾ ਨਾਲ ਨਰਸਰੀ ਬੜਾ ਮਤਲਬ ਕਿ ਇੱਕ ਕਹ ਲਓ ਕਿ ਸਕੂਨ ਦੇਣ ਵਾਲਾ ਥਾਂ ਸੀਗਾ ਉਹ ਸਾਰੇ ਹੀ ਮੈਂ ਲੱਗਦਾ ਠੰਮ-ਠੰਮਾ ਚੱਕਿਆ ਗਿਆ ਹਾਂ ਹਾਂ ਜੀ ਉਹ ਤਾਂ ਕੋਈ ਨਮੂਨਾ ਕਰਤਾ ਕੰਮ ਬਿਲਕੁਲ ਹਾਂ ਬਹੁਤ ਬਹੁਤ ਨੁਕਸਾਨ ਹੋਇਆ ਮਨ ਜੀ 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 ਜੀ